अमृतसर विच लगातार ही लूटखो दियां वारदातां रुकण दा नां नहीं लै रहियां। ताजा मामला है अमृतसर दे मजीठा मंडी दा, जिथे कि कुछ अज्ञात व्यक्तियों वल्लों एक व्यक्ति नूं गोली मार के उस कोलों पैसे लुट दी वारदात सामने आई है, जिस तों बाद पुलिस मौके ते पहुंची है ते उन्हां वल्लों गोलियां दे खोल वी बरामद कीते गए हन ते सीसीटीवी दी मदद दे नाल आरोपी नूं फड़न दी कोशिश वी कीती जा रही है। बलजीत सिंह जी, कीड़ा बैंक जी, एंड के बैंक की होया सर? 10 बजे अपना कैश कुछ खोलन लगे हां, अंदर आ है कि बाहरों आई गोली की आवाज़, फिर अभी वेख्या तो उन्नी चर तक एक सट लगी ही बंदे जे लटेरे वो भज भुज गए, उन्होंने पता कौन ही कौन नहीं तो इन गए सर। बाहर ही कोई राहगीर ही कोई जा रहा है वो को खोए उन्हें सा कस्टमर नहीं कोई नहीं जी नहीं हाँ जी हाँ जी पिछों कोई लड़द लुड़द आए इतने अं सीस नहीं वेख्या तो भजया उदो चल गए मुड़ के ਤੇ ਉਸ ਤੋਂ ਬਾਅਦ ਪੁਲਿਸ ਕਿੰਨੀ ਦੇਰ ਤੱਕ ਪਹੁੰਚੀ? ਪੁਲਿਸ 5-7 ਮਿੰਟ ਬਾਅਦ ਆ ਗਈ। ਕਿੰਨੇ ਜਿਹੜੇ ਕਿੰਨੀਆਂ ਗੋਲੀਆਂ ਲੱਗੀ ਸੀ ਬਾਅਦ ਕਿੰਨੀਆਂ ਆਈ? ਇੱਕੇ ਗੋਲੀ ਦਵਾ ਜਾਈ। ਇੱਕ ਗੋਲੀ ਆ। ਉਹ ਵੀ ਲੱਗ ਗਈ ਸੀ ਉਹਦੇ ਮੁੰਡੇ ਦੇ ਸਰ? ਪਤਾ ਨਹੀਂ ਲੱਗੀ ਤਾਂ ਨਹੀਂ, ਲੱਗ ਬਾਅਦ ਖੂਨ ਵਗ ਰਿਹਾ ਸਿਰ ਚੋਂ ਉਹਦੇ ਦੋਨਾਂ ਜਣਿਆਂ ਦੇ। ਹਾਂਜੀ। ਤੇ ਉਹਦੇ ਕੋਲੋਂ ਕੀ ਕਿਹਾ ਗਿਆ ਸੀ ਕਿ ਸਾਡੇ ਨਾਲ ਕਿੰਨੀ ਮੈਰੀ ਹੋਈ ਹੈ? ਸਰ ਉਹ ਸਾਡੇ ਖਲੋਤੇ ਨੇ ਲੱਗੇ ਚਲ ਗਏ ਮਗਰੇ ਉਹਨਾਂ ਦੇ, ਫਿਰ ਹਸਪੀਟਲ ਜਾ ਕੇ ਦਾਖਲ ਹੋ ਗਿਆ ਆਪਾਂ ਦੋਨੋਂ ਜਣੇ। ਅੱਛਾ ਜੀ। ਹਾਂਜੀ। ਤੇ ਤੁਹਾਡੇ ਹਿਸਾਬ ਨਾਲ ਖੋਹ ਦਾ ਮਾਮਲਾ ਕਿ ਜਾਂ ਫਿਰ ਵੈਸੇ ਲਾਈ ਹੋਈ? ਹਾਂ ਨਹੀਂ ਪਤਾ ਜੀ, ਕੁਝ ਕਹਿ ਨਹੀਂ ਸਕਦੇ ਅਸੀਂ ਆਪਣੇ ਅੰਦਰ। ਹਾਂ ਬੈਂਕ ਦੇ ਨਾਲ ਕੋਈ ਲੈਤਲ ਹੋਗਾ? ਨਹੀਂ ਜੀ, ਬੈਂਕ ਨਾਲ ਕੋਈ ਨਹੀਂ ਹੈਗਾ ਇਹਨਾਂ ਦਾ ਜੀ। ਜਿਹੜੇ ਜਿਹਨਾਂ ਜਿਹੜੇ ਜ਼ਖਮੀ ਹੋਏ ਆ ਉਹਨਾਂ ਨਾਲ ਹਜੇ ਸਾਡੀ ਗੱਲਬਾਤ ਨਹੀਂ ਹੋਈ। ਇੱਥੇ ਮੌਕੇ 'ਤੇ ਇੱਕ ਬੈਂਕ ਦੇ ਇੱਕ ਇੰਪਲੋਈ ਸੀਗੇ, ਮੈਡਮ ਸੀਗੇ, ਉਹਨਾਂ ਨੇ ਜੋ ਦੇਖਿਆ ਹੈਗਾ ਉਹਨਾਂ ਦੇ ਦੇਖਣ ਮੁਤਾਬਿਕ ਦੋ ਬੰਦੇ ਐਕਟਿਵਾ 'ਤੇ ਆ ਰਹੇ ਸੀਗੇ ਅਤੇ ਜਿਹੜੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੈਗਾ ਉਹ ਵੀ ਦੋ ਬੰਦੇ ਸੀ, ਉਹਨਾਂ ਦੇ ਮੂੰਹ 'ਤੇ ਕੱਪੜਾ ਬੰਨਿਆ ਹੋਇਆ ਸੀ। ਉਹਨਾਂ ਨੇ ਜਿਹੜੇ ਅੱਗੇ ਆ ਰਹੇ ਸੀਗੇ ਉਹਨਾਂ ਦੇ ਉੱਤੇ ਜਿਹੜੇ ਬੱਟ ਮਾਰੇ ਹੈਗੇ। ਕੋਈ ਇੱਕ ਰੁਪਏ ਨਹੀਂ ਲੱਗੇਗਾ, ਲਾਜ ਹਾਰਟ ਦਾ ਹੋਏ, ਕਿਡਨੀ ਦਾ ਹੋਏ, ਕੋਈ ਵੱਡੀ ਬਿਮਾਰੀ ਹੋਏ, ਸਾਰਾ ਫ੍ਰੀ ਹੋਏਗਾ।